ਅੱਜ ਵਿਸ਼ਕਰਮਾ ਦਿਵਸ ਹੈ ਭਗਵਾਨ ਵਿਸ਼ਕਰਮਾ ਜੀ ਉਹਨਾਂ ਨੂੰ ਉਹਨਾਂ ਦੇ ਦਿਨ ਤੇ ਉੱਤੇ ਕਾਮਿਆਂ ਦੇ ਨਾਲ ਕਿਰਤੀਆਂ ਦੇ ਨਾਲ ਅੱਜ ਨਾਲੇ ਦੇ ਵਿੱਚ ਜਿਹੜਾ ਬਾਬੇ ਵਿਸ਼ਕਰਮਾ ਜੀ ਦਾ ਅਸੀਂ ਦਿਨ ਮਨਾਇਆ ਬਾਬਾ ਵਿਸ਼ਕਰਮਾ ਜੀ ਦੁਨੀਆ ਦੇ ਜਿਹੜੇ ਕਾਮੇ ਜਿਹੜੇ ਕਿਰਤ ਕਰਨ ਲਈ ਸੰਦ ਬੜੇ ਇਹ ਬਾਬਾ ਵਿਸ਼ਕਰਮਾ ਜੀ ਦੀ ਦੇਣ ਹੈ ਔਰ ਅੱਜ ਜਿੱਥੇ ਦੁਨੀਆ ਖੜੀ ਹੈ ਵੱਡੇ ਵੱਡੇ ਏਅਰਪੋਰਟ ਵੱਡੇ ਵੱਡੇ ਰੇਲਵੇ ਸਟੇਸ਼ਨ ਵੱਡੇ ਵੱਡੇ ਮਾਲ ਵੱਡੀਆਂ ਵੱਡੀਆਂ ਬਿਲਡਿੰਗਾਂ ਸੜਕਾਂ ਰੇਲਵੇ ਲਾਈਨਾਂ ਇਹ ਸਭ ਉਹਨਾਂ ਟੂਲਾਂ ਦੇ ਨਾਲ ਉਹਨਾਂ ਸੰਦਾਂ ਦੇ ਨਾਲ ਬਣੀਆਂ ਜਿੱਦਾਂ ਸੰਦਾਂ ਨੂੰ ਬਾਬੇ ਵਿਸ਼ਕਰਮਾ ਜੀ ਦਾ ਆਸ਼ੀਰਵਾਦ ਹੈ ਔਰ ਬਾਬੇ ਵਿਸ਼ਕਰਮਾ ਜੀ ਨੂੰ ਦੁਨੀਆ ਦਾ ਇੱਕ ਮਹਾਨ ਇੰਜੀਨੀਅਰ ਵੀ ਮੰਨਿਆ ਜਾਂਦਾ ਔਰ ਜਿਹੜੀਆਂ ਉਸ ਸਮੇਂ ਦੇ ਵਿੱਚ ਕਈ ਵੱਡੇ ਜਿੱਦਾਂ ਦਵਾਰਕਾ ਸਾਹਿਬ ਮੰਦਰ ਕਈ ਕਈ ਵੱਡੀਆਂ ਜਿਹੜੀਆਂ ਸੀਗੀਆਂ ਧਾਰਮਿਕ ਅਤੇ ਦੂਸਰੀਆਂ ਬਿਲਡਿੰਗ ਜਿਹੜੀਆਂ ਉਹ ਬਾਬਾ ਵਿਸ਼ਕਰਮਾ ਜੀ ਨੇ ਉਹਨਾਂ ਦੇ ਸੰਦਾਂ ਦੇ ਨਾਲ ਅਸਾਰ ਕੇ ਜਿਹੜਾ ਵਰਲਡ ਨੂੰ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਸੋ ਮੈਂ ਸਮਝਦਾ ਕਿ ਸਾਡੇ ਵਾਸਤੇ ਜਿਹੜੇ ਅਸੀਂ ਕਿਰਤ ਕਰਨ ਵਾਲੇ ਲੋਕ ਚਾਹੇ ਅਸੀਂ ਸਰ ਮਿਸਤਰੀ ਹਾਂ ਅਸੀਂ ਚਾਹੇ ਬਿਲਡਿੰਗ ਬਣਾਉਂਦੇ ਹਾਂ ਅਸੀਂ ਚਾਹੇ ਖੇਤੀ ਕਰਦੇ ਹਾਂ ਜਿਹੜੇ ਸੰਦਾਂ ਦੇ ਨਾਲ ਖੇਤੀ ਕਰਦੇ ਹਾਂ ਸਾਡੇ ਰੰਬੇ ਕਈਆਂ ਦਾਤਰੀਆਂ ਸਾਡੀਆਂ ਹੱਲਾਂ ਜਿਹੜੀਆਂ ਚਾਹੇ ਅੱਜ ਟਰੈਕਟਰਾਂ ਦੇ ਪਿੱਛੇ ਵੀ ਪੈਂਦੀਆਂ ਪਹਿਲਾਂ ਜਦੋਂ ਟਰੈਕਟਰ ਨਹੀਂ ਸੀਗੇ ਉਦੋਂ ਤੇ 100% ਹੀ ਜਿਹੜਾ ਸਾਡਾ ਕੰਮ ਜਿਹੜੇ ਉਹਨਾਂ ਸੰਦਾਂ ਦੇ ਸੀਗਾ ਜਿਹੜੇ ਸੰਤ ਜਿਹੜੇ ਬਾਬਾ ਜੀ ਵਿਸ਼ਕਰਮਾ ਜੀ ਦੀ ਦੇਣ ਸੀਗੇ ਸੋ ਮੈਂ ਸਮਝਦਾ ਕਿ ਅੱਜ ਦਾ ਦਿਨ ਜਿਹੜਾ ਬੜਾ ਮਹਾਨ ਹੈ ਉਹ ਸਾਨੂੰ ਸਭ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿਰਤ ਦੇ ਜਿਹੜੇ ਸੰਦ ਹੈ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਵੀ ਕਹਿੰਦਾ ਕਿ ਕਿਰਤ ਦਾ ਸਿਧਾਂਤ ਜਿਹੜਾ ਹੈ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਚਾਹੀਦਾ ਸੋ ਜਿਹੜੇ ਕਿਰਤ ਦੇ ਸੰਦ ਨੇ ਜਿਹੜੇ ਬਾਬਾ ਵਿਸ਼ਕਰਮਾ ਜੀ ਆਪਾਂ ਨੂੰ ਦੇ ਕੇ ਗਏ ਆ ਔਰ ਕਰੋੜਾਂ ਅਰਬਾਂ ਜਿਹੜੇ ਸਾਡੇ ਕਾਮੇ ਆ ਦੁਨੀਆ ਭਰ ਵਿੱਚ ਜਿਹੜੇ ਉਹਨਾਂ ਸੰਦਾਂ ਦੇ ਨਾਲ ਇਸ ਸੰਸਾਰ ਦਾ ਜਿਹੜਾ ਵਿਕਾਸ ਕਰ ਰਹੇ ਆ ਮੇਰਾ ਸਿਰ ਝੁਕਦਾ ਮੈਂ ਬਾਬਾ ਜੀ ਨੂੰ ਨਮਸਕਾਰ ਕਰਦਾ ਕਿ ਉਹਨਾਂ ਨੇ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਇਸੇ ਕਰਕੇ ਮੈਂ ਅੱਜ ਆਇਆ ਉਦੋਂ ਇਨਾਲੇ ਦੇ ਵਿੱਚ ਜਿਹੜੇ ਸਾਡੇ ਕਾਰੀਗਰ ਨੇ ਸਾਡੇ ਮਿਸਤਰੀ ਸਿੰਘ ਨੇ ਜਿਹੜੇ ਉਹਨਾਂ ਨਾਲ ਇਹ ਦਿਨ ਜਿਹੜਾ ਮਨਾਇਆ ਔਰ ਮੇਰਾ ਮਨ ਖੁਸ਼ ਹੋ ਗਿਆ ਕਿ ਕਿਉਂਕਿ ਮੈਂ ਖੁਦ ਕਿਰਤ ਕਰਦਾ ਅਤੇ ਮੈਨੂੰ ਮਨ ਖੁਸ਼ ਹੋਇਆ ਕਿ ਜਿਨ੍ਹਾਂ ਨੇ ਸਾਨੂੰ ਕਿਰਤ ਲਈ ਸੰਦ ਦਿੱਤੇ ਉਹਨਾਂ ਦਾ ਅੱਜ ਆਪਾਂ ਦਿਨ ਮਨਾ ਰਹੇ ਹਾਂ ਲੱਡੂ ਵੰਡ ਰਹੇ ਹਾਂ ਔਰ ਸਾਰਿਆਂ ਨੂੰ ਵਧਾਈਆਂ ਦੇ ਰਹੇ ਮੈਂ ਇੱਕ ਵਾਰ ਤੁਹਾਡੇ ਰਾਹੀਂ ਮੀਡੀਆ ਰਾਹੀਂ ਦੁਨੀਆ ਭਰ ਵਿੱਚ ਵੱਸਦੇ ਸਾਰੇ ਕਿਰਤੀ ਕਾਮਿਆਂ ਨੂੰ ਇਸ ਦਿਨ ਦੀਆਂ ਵਧਾਈਆਂ ਦੇਣੀਆਂ ਚਾਹੁੰਦਾ ਔਰ ਸਭ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹਨਾਂ ਸੰਦਾਂ ਦੇ ਰਾਹੀਂ ਜਿਹੜੇ ਸੰਤ ਸਾਨੂੰ ਬਾਬਾ ਜੀ ਦੇ ਕੇ ਗਏ ਉਹਨਾਂ ਸੰਦਾਂ ਰਾਹੀਂ ਆਪਾਂ ਜਿਹੜਾ ਆਪਣੇ ਸੰਸਾਰ ਦੀ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਇਹੋ ਜਿਹੀ ਉਸਾਰੀ ਕਰੀਏ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਯਾਦ ਰੱਖਣ ਇਹੀ ਸ਼ਬਦ ਮੈਂ ਬਾਬਾ ਜੀ ਦੀ ਕਰਦਾ।